ਸਤ ਸ੍ਰੀ ਅਕਾਲ ਦੋਸਤੋ ਤੁਹਾਡੇ ਸਾਹਮਣੇ ਅੱਜ ਮੈਂ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਇਆ ਹਾਂ ਮੇਰਾ ਨਾਮ ਹੈ ਪ੍ਰਿੰਸ ਪਿੰਡ ਮੇਰਾ ਚੂਸਲੇਵੜ ਤਰਨਤਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਮੇਰਾ ਪਿੰਡ ਹੈ ਚੂਸਲੇਵੜ ਢਿੱਲਾਪਨ ਟਾਈਮਿੰਗ ਦੀ ਕਮੀ ਜੋਸ਼ ਦੀ ਕਮੀ ਤਾਕਤ ਦੀ ਕਮੀ ਸਰੀਰ ਨੂੰ ਸੁਸਤੀ ਪਈ ਰਹਿਣੀ ਆਲਸ ਪਿਆ ਰਹਿਣਾ ਤੁਹਾਡੇ ਵਾਸਤੇ ਅੱਜ ਇੱਕ ਮੈਂ ਐਸਾ ਬਿਹਤਰੀਨ ਨੁਸਖਾ ਲੈ ਕੇ ਆਇਆ ਵਾਂ ਇੱਕ ਐਸਾ ਲਾਜਵਾਬ ਨੁਸਖਾ ਲੈ ਕੇ ਆਇਆ ਵਾਂ ਜਿਹਦਾ ਇਸਤੇਮਾਲ ਕਰਨ ਨਾਲ ਟਾਈਮਿੰਗ ਦੀ ਕਮੀ ਢਿੱਲਾਪਨ ਤੜ ਦੀ ਕਮੀ ਬਿਲਕੁਲ 100% ਗਰੰਟੀ ਨਾਲ ਠੀਕ ਹੋ ਜਾਊਗੀ ਇਹ ਨੁਸਖਾ ਬਣਾਉਣਾ ਬਹੁਤ ਹੀ ਆਸਾਨ ਏ ਕੋਈ ਵੀ ਇਹਨੂੰ ਬਣਾ ਸਕਦਾ ਨੁਸਕੇ ਨੂੰ ਘਰੇ ਬਣਾਓ ਘਰੇ ਬਣਾ ਕੇ ਖੁਦ ਖਾਓ ਤੇ ਇਨਾ ਬਿਹਤਰੀਨ ਲਾਜਵਾਬ ਹੈ ਇਹ ਨੁਸਖਾ ਹੈ ਕਿ ਜਿੰਨੂੰ ਵਰਤਨ ਨਾਲ ਚਾਹੇ ਕਿੰਨਾ ਵੀ ਢਿੱਲਾਪਨ ਹੋਵੇ ਕਿੰਨੀ ਵੀ ਟਾਈਮਿੰਗ ਦੀ ਕਮੀ ਹੋਵੇ ਬਿਲਕੁਲ ਠੀਕ ਹੋ ਜਾਊਗੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ ਤੁਹਾਨੂੰ ਪੂਰਾ ਚੰਗੀ ਤਰ੍ਹਾਂ ਸਮਝਾਉਂਗਾ ਇਹ ਨੁਸਖਾ ਬਣਾਉਣਾ ਕਿਵੇਂ ਆ ਇਹਨੂੰ ਵਰਤਨਾ ਕਿਵੇਂ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਇਹ ਨੁਸਕੇ ਵਾਸਤੇ ਸਭ ਤੋਂ ਜੋ ਪਹਿਲੀ ਚੀਜ਼ ਹੈ ਉਹ ਆ ਪਖੜਾ 20 ਗ੍ਰਾਮ ਪਖੜਾ ਲੈ ਲਓ 20 ਗ੍ਰਾਮ ਸਫੇਦ ਮੁਸਲੀ 20 ਗ੍ਰਾਮ ਕੌਂਚ ਦੇ ਬੀ 20 ਗ੍ਰਾਮ ਸ਼ਤਾਵਰ 10 ਗ੍ਰਾਮ ਸਾਲਮ ਪੰਜਾ 10 ਗ੍ਰਾਮ ਸਾਲਮ ਮਿਸ਼ਰੀ 10 ਗ੍ਰਾਮ ਵਿਧਾਰੀ ਕੰਦ 10 ਗ੍ਰਾਮ ਸਿੰਬਲ ਤੇ 50 ਗ੍ਰਾਮ ਮਿਸ਼ਰੀ 1 ਗ੍ਰਾਮ ਸੁਨਾ ਭਸਮ 1 ਗ੍ਰਾਮ ਕਸਤੂਰੀ 5 ਗ੍ਰਾਮ ਜੁੰਦ ਤੇ 5 ਗ੍ਰਾਮ ਰੇਗਮਾਹੀ ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਜੋ ਪਹਿਲੀਆਂ ਜੜੀ ਬੂਟੀਆਂ ਵਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਕਿਸੇ ਚੀਜ਼ ਵਿੱਚ ਗ੍ਰाइंड ਕਰ ਲਿਓ ਮਿਕਸੀ ਵਿੱਚ ਪੀਸ ਲਿਓ ਜਾਂ ਕਿਸੇ ਤੋਂ ਪਸਵਾ ਲਿਓ ਗ੍ਰाइंड ਕਰਕੇ ਇਹਦਾ ਕੱਪੜਾ ਛਾਣ ਕਰਕੇ ਇਹਦਾ ਪਾਊਡਰ ਤਿਆਰ ਕਰ ਲਓ ਇਹ ਪਾਊਡਰ ਵਿੱਚ ਕਸਤੂਰੀ ਨੂੰ ਚੰਗੀ ਤਰ੍ਹਾਂ ਕਿਸੇ ਖਰਲ ਵਿੱਚ ਪੀਸ ਕੇ ਇਹਨੂੰ ਮਿਕਸ ਕਰਕੇ ਸੋਨਾ ਆਪਸਮਤ ਕਸਤੂਰੀ ਨੂੰ ਖਰਲ ਕਰਕੇ ਇਹ ਇਸ ਦਵਾਈ ਵਿੱਚ ਮਿਕਸ ਕਰ ਦਿਓ 1 ਕਰ ਗ੍ਰਾਮ ਵਿੱਚ ਹੀਰਾ ਭਸਮ ਪਾ ਦਿਓ ਠੀਕ ਹੈ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਪੂਰਾ ਮਿਕਸ ਕਰਨਾ ਹੈ ਮਿਕਸ ਕਰਨ ਤੋਂ ਬਾਅਦ ਇਹ ਤੁਹਾਡੀ ਦਵਾਈ ਜਿਹੜੀ ਹੈ ਡੇਢ ਦੋ ਮਹੀਨੇ ਦੀ ਬਣ ਜੇਗੀ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਚਮਚਾ ਸ਼ਾਮ ਨੂੰ ਖਾਣਾ ਹੈ ਲਗਾਤਾਰ ਖਾਣ ਨਾਲ ਦੁੱਧ ਨਾ ਖਾਣਾ ਕੋਸੇ ਨਾਲ ਸਵੇਰੇ ਸ਼ਾਮ ਨੂੰ ਤੁਹਾਡੇ ਅੰਦਰ ਜਿੰਨੀ ਵੀਕਨੈਸ ਹੈ ਜਿੰਨੀ ਕਮਜ਼ੋਰੀ ਹੈ ਜਿੰਨਾ ਵੀ ਤੁਹਾਡੇ ਅੰਦਰ ਢਿੱਲਾਪਾਨ ਹੈ ਬਿਲਕੁਲ ਸਹੀ ਹੋ ਜਾਊਗਾ ਜਿੰਨਾ ਜਿੰਨਾ ਨੁਸਖਾ ਵਰਤਿਆ ਏ ਬਹੁਤ ਵਧੀਆ ਫੀਡਬੈਕ ਮਿਲਿਆ ਏ ਇਹ ਨੁਸਖਾ ਘਰੇ ਬਣਾ ਕੇ ਖੁਦ ਖਾ ਕੇ ਵੇਖੋ ਅਗਰ ਕਿਸੇ ਨੂੰ ਨਹੀਂ ਬੰਦਾ ਇਹਦੇ ਅਸੀਂ ਕੈਪਸੂਲ ਤਿਆਰ ਕਰਦੇ ਆ ਅਸੀਂ ਵੀ ਕੈਪਸੂਲ ਤਿਆਰ ਕਰਦੇ ਜੀ ਦੇ ਵਿੱਚ ਹੋਰ ਵਧੀਆ ਵਧੀਆ ਐਟਮਾ ਪਾਈ ਜਾਂਦੀਆਂ ਵਾਂ ਜਿਹਦੇ ਵਿੱਚ ਕੇਸਰ ਪਾਉਂਦੇ ਆ ਹੋਰ ਵੀ ਚੰਗੇ ਚੰਗੀਆਂ ਐਟਮਾ ਤਿਆਰ ਪਾਉਂਦੇ ਆ ਮੋਤੀ ਪਿਸਤੀ ਭਸਣ ਪਾਉਂਦੇ ਆ ਸੁੱਚੇ ਮੋਤੀ ਪਾਉਂਦੇ ਆ 225 ਰੁਪਏ ਦਾ ਕੈਪਸੂਲ ਤਿਆਰ ਕਰਦੇ ਆ ਇੱਕ ਇੱਕ ਸਵੇਰੇ ਖਾਣਾ ਲੈ ਕੇ ਸ਼ਾਮੀ ਖਾਣਾ ਦਾ ਇਹ ਕੈਸਲ ਤੁਸੀਂ ਸਾਡੇ ਕੋਲ ਮੰਗਾ ਸਕਦੇ ਏ ਤੇ ਕੋਈ ਵੀ ਮੈਡੀਸਨ ਮੰਗਾਉਣੀ ਹੋਵੇ ਸਾਡੇ ਕੋਲ ਮੰਗਾ ਸਕਦੇ ਏ ਅਗਰ ਤੁਹਾਡੇ ਕੋਲ ਘਰੇ ਨਹੀਂ ਬੰਦੀ ਤਾਂ 79473168 ਮੇਰਾ WhatsApp ਨੰਬਰ ਏ ਜੋ ਸਕਰੀਨ ਤੇ ਆ ਰਿਹਾ ਏ ਤੁਸੀਂ ਇੱਥੋਂ ਮੈਨੂੰ ਆਰਡਰ ਕਰ ਸਕਦੇ ਏ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪਵੇਗੀ ਆਰਡਰ ਕਰਨ ਵਾਸਤੇ ਅਗਰ ਤੁਸੀਂ ਮੈਨੂੰ ਮਿਲਣਾ ਏ ਤਾਂ ਮੇਰਾ ਪਿੰਡ ਏ ਚੂਸਲੇ ਵਰ ਤਰਨਤਨ ਜ਼ਿਲ੍ਹਾ ਰਨਤਾਰਨ ਜ਼ਿਲ੍ਹਾ ਪਿੰਡ ਚੂਸਲੇ ਵਾਰ ਪੱਟੀ ਸ਼ਹਿਰ ਦੇ ਲਾਗੇ ਇੱਥੇ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਦੇ ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਤੁਸੀਂ ਕਿਸੇ ਵੀ ਵਾਰ ਆ ਸਕਦੇ ਦੇ ਮੈਂ ਸਾਰੇ ਵਾਰ ਹੀ ਮਿਲਦਾ ਵਾਂ ਐਤਵਾਰ ਤੋਂ ਲੈ ਕੇ ਸੋਮਵਾਰ ਤੱਕ ਕਿਸੇ ਵੀ ਵਾਰ ਆ ਸਕਦੇ ਦੇ ਫੋਨ ਕਰਕੇ ਆਇਓ ਜਿੰਨੇ ਆਉਣਾ ਹੋਵੇ ਤੇ ਮੇਰੇ ਕੋ ਆ ਕੇ ਮੈਡੀਸਿਨ ਲਿਜਾ ਸਕਦੇ ਆ ਧੰਨਵਾਦ ਦੋਸਤੋ